ਦਾ ਸੰਕਟ ਖੜਾ ਹੋ ਗਿਆ ਸਾਡੇ ਸਾਹਮਣੇ। 6 ਘੰਟੇ ਸਪਲਾਈ ਵੀ ਨਹੀਂ ਪੂਰੀ ਤਰ੍ਹਾਂ ਖੇਤੀ ਮੋਟਰਾਂ ਦੀ ਚੱਲ ਪਾ ਰਹੀ। 24 ਘੰਟੇ ਵਾਲੀ ਨੂੰ ਵੀ ਪਟਿਆਲੇ ਤੋਂ ਵੱਡੇ ਪਾਵਰ ਕੱਟ ਆ ਰਹੇ ਹੈ। ਸਰਪਲਸ ਸੂਬਾ ਹੁੰਦੇ ਦਾਅਵੇ ਸਰਕਾਰਾਂ ਦੇ ਖਤਮ ਹੋ ਗਿਆ। ਪ੍ਰਾਈਵੇਟ ਖੇਤਰ ਦੇ ਵਿੱਚ ਕਿਸਾਨਾਂ ਨੂੰ ਪੈਸੇ ਦੇ ਕੇ ਸਾਰਾ ਕੰਮ ਕਰਾਉਣਾ ਪੈ ਰਿਹਾ ਵਾ। ਕੈਪਟਨ ਸਰਕਾਰ ਕਹਿੰਦੀ ਸੀ ਵੀ ਪਿਛਲੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਟਾਂ ਦੇ ਜਿਹੜੇ ਸਮਝੌਤੇ ਆ ਉਹ ਗਲਤ ਕੀਤੇ ਨੇ। ਪੰਜਾਬ ਦੀ ਘਰੇਲੂ ਬਿਜਲੀ ਦੇਸ਼ ਨਾਲੋਂ ਸਭ ਤੋਂ ਮਹਿੰਗੀ ਬਿਜਲੀ ਸਾਬਤ ਹੋ ਰਹੀ ਆ। ਉਹ ਸਮਝੌਤੇ ਰੱਦ ਕਰਕੇ ਆਮ ਖਪਤਕਾਰ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਵੀ ਯਾਦ ਕਰਾਵਾਂਗੇ। ਪਾਵਰਕੌਮ ਦੀਆਂ 75% ਅਸਾਮੀਆਂ ਖਾਲੀ ਨੇ, ਕੋਈ ਭਰਤੀ ਨਹੀਂ ਕੀਤੀ, ਹਰ ਘਰ ਦਾ ਲਾਰਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਤਰਨ ਤਾਰਨ ਦੇ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਬਿਜਲੀ ਖਰੀਦ ਕੇ ਕੀਤੇ ਸਮਝੌਤੇ ਰੱਦ ਕਰਨ, ਪਾਵਰ ਕੱਟ ਖਤਮ ਕਰਕੇ 8 ਘੰਟੇ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਦੇਣ ਅਤੇ ਅਰਬਨ ਸਪਲਾਈ 25 ਘੰਟੇ ਦੇਣ, ਘਰੇਲੂ ਬਿਜਲੀ ਸਸਤੀ ਕਰਨ ਅਤੇ ਖਾਲੀ ਪਈਆਂ ਸਮੇਂ ਦੀ ਤੁਰੰਤ ਭਰਤੀ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਹਰਤੇਜ ਹਸਪਤਾਲ ਨੇੜੇ ਵਿਸ਼ਾਲ ਇਕੱਠ ਕੀਤਾ ਅਤੇ ਰੋਸ ਮਾਰਚ ਕਰਦੇ ਹੋਏ ਚੀਫ ਇੰਜੀਨੀਅਰ ਬਾਰਡਰ ਜੋਨ ਪਾਵਰਕਾਮ ਦੇ ਦਫ਼ਤਰ ਸਾਹਮਣੇ ਪਹੁੰਚ ਕੇ ਘਿਰਾਓ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਲ, ਸੁਖਵਿੰਦਰ ਸਿੰਘ ਸਬਰਾ, ਗੁਰਵਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾ, ਰਣਜੀਤ ਸਿੰਘ ਕਲੇਰਵਾਲਾ, ਸਤਨਾਮ ਸਿੰਘ ਮਾਨੂ ਚਾਹਲ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ। ਬਿਜਲੀ ਦੇ ਵੱਡੇ ਪਾਵਰ ਕੱਟ ਲੱਗਣ ਦੇ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ। ਪਹਿਲਾਂ ਹੀ ਆਰਥਿਕ ਦੇ ਪੱਖੋਂ ਕਰਜ਼ਾਈ ਕਿਸਾਨ ਮਹਿੰਗਾ ਡੀਜ਼ਲ ਬਾਲ ਕੇ ਝੋਨਾ ਪਾ ਰਹੇ, ਸੜੇ ਹੋਏ ਟਰਾਂਸਫਾਰਮ 10-10 ਦਿਨ ਤੱਕ ਨਹੀਂ ਚੜ੍ਹਦੇ, ਰੱਸਾ ਚੈਨ ਕੁੱਪੀ ਗੱਡੀ ਆਦਿ ਦਾ ਖਰਚਾ ਖਪਤਕਾਰ ਨੂੰ ਦੇਣਾ ਪੈ ਰਿਹਾ। ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਭਰਤੀ ਨਾ ਹੋਣ ਦੇ ਕਾਰਨ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਨੇ। ਇੱਕ ਫੀਡਰ 'ਤੇ 1 ਜਾਂ 2 ਮੁਲਾਜ਼ਮ ਹੀ ਨੇ ਜਿਨ੍ਹਾਂ ਦੇ ਕੋਲ 300 ਤੋਂ 400 ਤੱਕ ਟਰਾਂਸਫਾਰਮਰ ਨੇ। ਇਸ ਕਾਰਨ ਬਿਜਲੀ ਫੀਡਰ ਚਲਾਉਣੇ ਔਖੇ ਹੋ ਰਹੇ ਨੇ। ਇਸ ਲਈ ਮੁਲਾਜ਼ਮਾਂ ਦੀ ਭਰਤੀ ਤੁਰੰਤ ਕੀਤੀ ਜਾਵੇ, ਜੁਰਮਾਨੇ ਦੀ ਵਿਧੀ ਸਰਕਲ ਕਰਕੇ 1,000 ਰੁਪਏ ਪ੍ਰਤੀ ਕਿਲੋਵਾਟ ਸਲਾਨਾ ਦੀ ਦਰ ਦੇ ਨਾਲ ਕੀਤੀ ਜਾਵੇ। ਹੋਰ ਉਹਨਾਂ ਨੇ ਕੀ ਮੰਗਾਂ ਸਾਹਮਣੇ ਰੱਖੀਆਂ ਆਓ ਦੇਖਦੇ ਹਾਂ। ਸਰਵਣ ਸਿੰਘ ਪੰਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਅਸੀਂ ਕੈਪਟਨ ਸਰਕਾਰ ਦੇ ਵਿਰੁੱਧ, ਜਿਹੜਾ ਪਾਵਰਕੌਮ ਦਾ ਚੀਫ ਬਾਰਡਰ ਇੰਜੀਨੀਅਰ ਆ, ਉਹਦੇ ਖਿਲਾਫ ਬਹੁਤ ਵੱਡਾ ਜਿਹੜਾ ਧਰਨਾ ਮੁਜ਼ਾਹਰਾ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਦੇਖੋ ਜੀ ਇਸ ਵੇਲੇ ਬਿਜਲੀ ਦਾ ਸੰਕਟ ਖੜਾ ਹੋ ਗਿਆ ਸਾਡੇ ਸਾਹਮਣੇ। ਸਰਪਲਸ ਸੂਬਾ ਹੋਣ ਦੇ ਦਾਅਵੇ ਸਰਕਾਰਾਂ ਦੇ ਖਤਮ ਹੋ ਗਏ ਆ। 6 ਘੰਟੇ ਸਪਲਾਈ ਵੀ ਨਹੀਂ ਪੂਰੀ ਤਰ੍ਹਾਂ ਖੇਤੀ ਮੋਟਰਾਂ ਦੀ ਚੱਲ ਪਾ ਰਹੀ। 24 ਘੰਟੇ ਵਾਲੀ ਨੂੰ ਵੀ ਪਟਿਆਲੇ ਤੋਂ ਵੱਡੇ ਪਾਵਰ ਕੱਟ ਆ ਰਹੇ ਨੇ। ਪਾਵਰ ਕੱਟ ਖਤਮ ਕਰਾਉਣ ਲਈ 8 ਘੰਟੇ ਸਪਲਾਈ ਲੈਣ ਲਈ, ਔਰ ਇਹਦੇ ਨਾਲ ਜਿਹੜੇ ਸੜੇ ਟਰਾਂਸਫਾਰਮ ਆ ਉਹ ਸਮੇਂ ਸਿਰ ਚੜ੍ਹਾਉਣ ਲਈ, ਜਿੱਦਾਂ ਚੈਨ ਕੁੱਪੀ ਆ, ਰੱਸਾ ਵਾ, ਇਸ ਤਰੀਕੇ ਨਾਲ ਗੱਡੀ ਆ, ਇਹਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕਿਸਾਨਾਂ ਨੂੰ ਪੈਸੇ ਦੇ ਕੇ ਸਾਰਾ ਕੰਮ ਕਰਾਉਣਾ ਪੈ ਰਿਹਾ ਵਾ। ਇਹਦੇ ਨਾਲ ਦੀ ਨਾਲ ਕੈਪਟਨ ਸਰਕਾਰ ਕਹਿੰਦੀ ਸੀ ਵੀ ਪਿਛਲੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਟਾਂ ਦੇ ਜਿਹੜੇ ਸਮਝੌਤੇ ਆ ਉਹ ਗਲਤ ਕੀਤੇ ਨੇ, ਤੋ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਪ੍ਰਾਈਵੇਟ ਥਰਮਲ ਪਲਾਟਾਂ ਤੋਂ ਖਰੀਦਣੀ ਪੈ ਰਹੀ ਆ, ਅਤੇ ਇਸ ਵੇਲੇ ਪੰਜਾਬ ਦੀ ਘਰੇਲੂ ਬਿਜਲੀ ਦੇਸ਼ ਨਾਲੋਂ ਸਭ ਤੋਂ ਮਹਿੰਗੀ ਬਿਜਲੀ ਸਾਬਤ ਹੋ ਰਹੀ ਆ। ਉਹ ਸਮਝੌਤੇ ਰੱਦ ਕਰਕੇ ਆਮ ਖਪਤਕਾਰ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਵੀ ਯਾਦ ਕਰਾਵਾਂਗੇ। ਜੁਰਮਾਨੇ ਪਾਉਣ ਦੀ ਵਿਧੀ ਬਹੁਤ ਮਹਿੰਗੀ ਆ, ਉਹਨੂੰ ਸਰਲ ਕੀਤਾ ਜਾਏ। 1,000 ਰੁਪਈਆ ਪਰ ਹਾਊਸ ਪਾਵਰ ਦੇ ਨਾਲ ਜੁਰਮਾਨੇ ਪਾਉਣ ਦੀ ਵਿਧੀ ਜਿਹੜਾ ਉਹ ਮੰਗ ਆ ਉਹਨੂੰ ਪੂਰਤੀ ਕੀਤੀ ਜਾਏ। ਜਿਹੜੀ 200 ਯੂਨਿਟ ਦੀ ਮਜ਼ਦੂਰ ਭਰਾਵਾਂ ਦੀ ਮਾਫੀ ਆ ਉਹ ਬਗੈਰ ਕਿਸੇ ਲੋੜ ਧਰਮ ਜਾਤ ਤੋਂ ਦਿੱਤੀ ਜਾਵੇ। ਜਿਹੜਾ ਬੇਜ਼ਮੀਨਾ ਕਿਸਾਨ ਆ ਉਹਨੂੰ ਵੀ 200 ਯੂਨਿਟ ਦੀ ਮਾਫੀ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ। ਅਜਿਹੀਆਂ ਮੰਗਾਂ ਨੂੰ ਲੈ ਕੇ, ਔਰ ਸਭ ਤੋਂ ਵੱਡੀ ਗੱਲ ਵੀ ਪਾਵਰਕੌਮ ਦੀਆਂ 75% ਅਸਾਮੀਆਂ ਖਾਲੀ ਨੇ, ਕੋਈ ਭਰਤੀ ਨਹੀਂ ਕੀਤੀ, ਹਰ ਘਰ ਦਾ ਲਾਰਾ ਗਿਆ। ਤਾਂ ਇਸ ਕਰਕੇ ਤੁਰੰਤ ਭਰਤੀ ਕਰਕੇ ਜਿਹੜੇ ਬਿਜਲੀ ਬੋਰਡ ਦੇ ਸਟਾਫ ਵਿੱਚ ਵਾਧਾ ਕੀਤਾ ਜਾਏ। 1 ਫੀਡਰ 'ਤੇ ਕਈ ਥਾਵਾਂ 'ਤੇ 1 ਜਾਂ 2 ਮੁਲਾਜ਼ਮ ਆ ਅਤੇ ਸੈਂਕੜੇ ਟਰਾਂਸਫਾਰਮ ਆ, ਉਹ ਫੀਡਰ ਹੀ ਨਹੀਂ ਪੂਰੀ ਤਰ੍ਹਾਂ ਚੱਲ ਰਹੇ। ਇਸ ਵੇਲੇ ਕੈਪਟਨ ਸਰਕਾਰ ਦੀ ਪੋਲਿਸੀ ਪੂਰੀ ਤਰ੍ਹਾਂ ਫੇਲ ਹੋ ਗਈ ਆ। ਬਿਜਲੀ ਬੋਰਡ ਦਾ ਕੰਮ ਲਗਭਗ ਰੁਕਣ ਦੇ ਕਿਨਾਰੇ ਆ। ਸੋ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਵੀ 11 ਵਜੇ ਅੰਮ੍ਰਿਤਸਰ ਚੀਫ ਪਾਵਰਕੌਮ ਦੇ ਕੋਲ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਹਿਰੀ ਪਹੁੰਚਣ, ਤਾਂ ਜੋ ਬਿਜਲੀ ਵਾਲਾ ਮੁੱਦਾ ਅਸੀਂ ਜੰਗੀ ਪੱਧਰ 'ਤੇ ਇਸ ਵੇਲੇ ਉਠਾ ਸਕੀਏ। ਧੰਨਵਾਦ।